ਮੁਕਤਸਰ ਸਾਹਿਬ ਵਿੱਚ ਕੋਟਕਪੂਰਾ ਰੋਡ ਤੇ ਦੁੱਧ ਵਾਲੇ ਕੈਂਟੋ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੂੰ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ SHO ਪਰਮਜੀਤ ਸਿੰਘ ਨੇ ਆਖਿਆ ਕਿ ਦੁੱਧ ਦੇ ਭਰੇ ਟੈਂਕਰ ਨੂੰ ਲੁਧਿਆਣਾ ਮਿਲਕ ਪਲਾਂਟ ਵਿੱਚ ਲਿਆਂਦਾ ਜਾ ਰਿਹਾ ਸੀ। ਉਹਨਾਂ ਆਖਿਆ ਕਿ ਕਿੰਨਾ ਨੁਕਸਾਨ ਹੋਇਆ ਅਤੇ ਹਾਦਸਾ ਕਿਸ ਕਾਰਨ ਵਾਪਰਿਆ, ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਉਧਰ ਜਾਣਕਾਰੀ ਅਨੁਸਾਰ ਕੈਂਟਰ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ, ਪਰ ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕਹਿੰਦੇ ਦੋਤੇ ਤੋਂ ਜਿਹੜਾ ਮੁੜਿਆ ਬਾਈਪਾਸ, ਬਾਈਪਾਸ ਮੁੜਿਆ ਜਿਹੜਾ ਅੱਗ ਲੱਗੀ ਟਾਇਰ ਨੂੰ ਮਾੜੀ ਮੱਚ ਮੱਚ ਚਲੀ, ਗੱਡੀ ਸਾਡੇ ਇੱਥੇ ਕਰਦੇ ਕਰਦੀ ਉਹ ਅੱਗ ਸਾਡੇ ਟਾਇਰ ਨੂੰ ਜ਼ਿਆਦਾ ਪੈ ਗਈ, ਪੈਂਦੀ ਪੈਂਦੀ ਤਾਂ ਚਾਰੇ ਟਾਇਰਾਂ ਨੂੰ ਪੈ ਕੇ ਅਤੇ ਬਹੁਤ ਖਰਾਬ ਸੜ ਗਈ ਗੱਡੀ, ਸਾਰੇ ਟਾਇਰ।